ਨਹੀਂ ਤੂੰ ਜਦੋਂ ਜਦੋਂ ਦਿੱਲੀ ਏ ਜਵਾਨ ਹੋਏਗੀ ਸੇਰੇ ਲਾ ਕੇ ਤੈਨੂੰ ਵਿਆਉਣ ਲਈ ਪੰਜਾਬ ਆਊਗਾ ਅੜੇਂਗੀ ਤਾਂ ਝੜੇਂਗੀ ਇਹ ਪੱਕੀ ਗੱਲ ਆ ਅੜੇਂਗੀ ਤਾਂ ਝੜੇਂਗੀ ਇਹ ਪੱਕੀ ਗੱਲ ਆ ਗਲੇ ਲਾਵੇਂਗੀ ਤਾਂ ਲੈ ਕੇ ਗੁਲਾਬ ਆਊਗਾ ਹੁਣ ਜੋ ਲੋਕ ਜਾਣਗੇ ਨਾ ਗੀਤਕਾਰ ਨੂੰ ਉਹੀ ਗਾਣਾ ਪੈਣਾ ਉਹ ਲੇਖਾਂ ਨੂੰ ਚੀਜ਼ ਲਿਖਣੀ ਪੈਣੀ ਹੈ ਇਹ ਕਵਨ ਗਦੇ ਵਾਲੇ ਸਾਹਿਬ ਹੀ ਕਹਿ ਚੁੱਕੇ ਨੇ ਮੈਂ ਤਾਂ ਹਮੇਸ਼ਾ ਹੀ ਇਹ ਲੜਾਈ ਲੜਦਾ ਹੀ ਆਇਆ ਇਹ ਚਾਹੇ ਆਪਣੇ ਗਾਣੇ ਹੱਕ ਦੀ ਕਮਾਈ ਚਾਹੇ ਨਸ਼ੇ ਗਾਣੇ ਕੀਤੇ ਚਾਹੇ ਵਾਹ ਰੰਗੀਆਂ ਤੇਰੇ ਰੰਗ ਗਾਲਾਂ ਵੀ ਖਾਧੀਆਂ ਲੋਕਾਂ ਤੋਂ ਬਥੇਰੀਆਂ ਇੱਥੇ ਕਈ ਕਲਾਕਦਾਏ ਨੇ ਕਈਆਂ ਨਾਲ ਹੈਗੀ ਸੀ ਲਾਗ ਬਾਈ ਹੁੰਦੀ ਹੈ ਪਤਾ ਹੀ ਆਪਾਂ ਨੂੰ ਜਦੋਂ ਇੱਕ ਲਾਈਨ ਵਿੱਚ ਬੰਦੇ ਹੋਣ ਹੁੰਦੀ ਹੈ ਉਹ ਕਹਿੰਦੇ ਸਾਡੇ ਗਲੇ ਸ਼ਿਕਵੇ ਖਤਮ ਹੋ ਗਏ ਨੇ ਜਿਹੜੀ ਇੱਥੇ ਸ਼ਬਦਾਂ ਦੇ ਵਿੱਚ ਗੱਲ ਹੋ ਰਹੀ ਹੈ ਜੇ ਉਹ ਸੋਚ ਬਣ ਜਾਵੇ ਫਿਰ ਤਾਂ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਆ ਪਰ ਇਹ ਹੋਣਾ ਥੋੜ੍ਹਾ ਜਿਹਾ ਹੈ ਤਾਂ ਇੰਪੋਸੀਬਲ ਵਰਗਾ ਪਰ ਜੇ ਹੋ ਜਾਵੇ ਫਿਰ ਤਾਂ ਮੈਂ ਕਹਿੰਦਾ ਵੀ ਸੰਘਰਸ਼ ਦੇ ਵਿੱਚ ਲੇਖਕ ਜਦੋਂ ਆਪਣੀ ਕਲਮ ਚੁੱਕ ਕੇ ਲਿਖਦਾ ਬੜੇ ਲੋਕਾਂ ਨੂੰ ਪਤਾ ਲੱਗ ਜਾਂਦਾ ਸਮਾਜ ਵਿੱਚ ਕੀ ਵਾਪਰਿਆ ਲੇਖਕ ਆਪਣੀ ਕਲਮਾਂ ਰਾਹੀਂ ਦੱਸਦਾ ਆਪਣੇ ਗੀਤਾਂ ਰਾਹੀਂ ਦੱਸਦਾ ਜਦੋਂ ਲੇਖਕ ਦੀ ਗੱਲ ਆਉਂਦੀ ਹੈ ਅਵੇਅਰ ਵੀ ਕਰਦਾ ਕਿ ਸਮਾਜ ਵਿੱਚ ਚੱਲ ਕੀ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇੱਕ ਕ੍ਰਾਂਤੀਕਾਰੀ ਨੇ ਕਿਹਾ ਸੀ ਕਿ ਤੁਸੀਂ ਆਪਣੇ ਦੇਸ਼ ਦੇ ਮੈਨੂੰ ਦੋ ਗਾਣੇ ਦੇ ਦਿਓ ਮੈਂ ਤੁਹਾਨੂੰ ਇਹ ਦੱਸ ਦੂੰਗਾ ਤੁਹਾਡਾ ਫਿਊਚਰ ਕਿਹੜੇ ਪਾਸੇ ਜਾ ਰਿਹਾ ਹੈ ਸਾਡੇ ਪ੍ਰੀਤ ਹਰਪਾਲ ਮੌਜੂਦ ਨੇ ਆਪਣੇ ਨਾਲ ਗੱਲਬਾਤ ਕਰਾਂਗੇ ਭਾਅ ਜੀ ਪਹਿਲਾਂ ਮੈਂ ਸਵਾਲ ਇਹੀ ਹੈ ਕਿ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਆਪਣੇ ਦੇਸ਼ ਦੇ ਆਪਣੀ ਮਿੱਟੀ ਦੇ ਕੋਈ ਵੀ ਦੋ ਗਾਣੇ ਸੁਣਾ ਦਿਓ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਤੁਹਾਡਾ ਫਿਊਚਰ ਕਿਹੜੇ ਪਾਸੇ ਜਾ ਰਿਹਾ ਹੁਣ ਗਿਆਨ ਆ ਤੁਹਾਨੂੰ ਪਤਾ ਲੱਗ ਗਿਆ ਵੀ ਸਾਡਾ ਫਿਊਚਰ ਕਿਹੜੇ ਪਾਸੇ ਜਾ ਰਿਹਾ ਬਿਲਕੁਲ ਕਿਉਂਕਿ ਮੈਂ ਹਮੇਸ਼ਾ ਹੀ ਸਟੇਜਾਂ ਤੋਂ ਗੱਲ ਕਰਦਾ ਰਿਹਾ ਵੀ ਗਾਣੇ ਜਿਹੜੇ ਆ ਠੀਕ ਆ ਥੋੜ੍ਹੇ ਟਾਈਮ ਲਈ ਇੰਟਰਟੇਨਮੈਂਟ ਹੁੰਦਾ ਆ ਲੋਕ ਉਸ ਹਰੇਕ ਜ਼ਿੰਦਗੀ ਦਾ ਹਰ ਰੰਗ ਹੁੰਦਾ ਜੀਵਨ ਦੇ ਵਿੱਚ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖਰੇ ਵੱਖਰੇ ਸੁਭਾਅ ਵਰਤਦੇ ਹੋ ਸੋ ਜਦੋਂ ਨੱਚਣ ਟਾਈਮ ਨੱਚਣ ਦਾ ਟਾਈਮ ਹੈ ਉਦੋਂ ਨੱਚਣ ਵਾਲੇ ਗਾਣੇ ਵੀ ਕਰਨੇ ਪੈਂਦੇ ਸੋ ਕਮਰਸ਼ੀਅਲ ਵੀ ਕਰਨਾ ਪੈਂਦਾ ਪਰ ਜਿਹੜਾ ਸਾਡਾ ਯੰਗਸਟਰ ਹੈ ਯੂਥ ਹੈ ਉਹ ਬਹੁਤ ਪੜ੍ਹਿਆ ਲਿਖਿਆ ਡੀਸੈਂਟ ਹੈ ਔਰ ਉਹ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ ਐਂਟਰਟੇਨਮੈਂਟ ਲਈ ਹਾਂ ਕੁਝ ਲੋਕ ਸੀਰੀਅਸ ਲੈਂਦੇ ਨੇ ਕੋਈ ਦੋ ਰਾਏ ਨਹੀਂ ਉਹਦੇ ਵਿੱਚ ਕਿਉਂਕਿ ਹਰ ਬੰਦੇ ਦੀ ਸੋਚ ਆਪਣੀ ਆਪਣੀ ਆ ਪਰ ਅੱਜ ਇਹ ਚੀਜ਼ਾਂ ਪ੍ਰੂਵ ਕਰਤੀਆਂ ਕਿ ਅੱਜ ਯੰਗਸਟਰ ਵੀ ਇੱਥੇ ਨਹੀਂ ਤਾਂ ਧਰਨਿਆਂ ਦੇ ਵਿੱਚ ਜਾਂ ਰੈਲੀਆਂ ਦੇ ਵਿੱਚ ਕਿੱਥੇ ਯੰਗਸਟਰ ਜਾਂਦਾ ਸੀਗਾ ਅੱਜ ਤੁਸੀਂ ਵੇਖੋ ਕਿ ਜਿੱਤੇ ਵੀ ਲੰਗਰ ਲੱਗੇ ਨੇ ਯੰਗਸਟਰ ਸੇਵਾ ਕਰ ਰਿਹਾ ਔਰ ਬੜੇ ਦਿਲੋਂ ਕਰ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਗੁੱਡ ਸੰਕੇਤ ਦੇ ਰਹੀਆਂ ਨੇ ਆਪਣੇ ਆਉਣ ਵਾਲੇ ਸਮਾਜ ਦੇ ਲਈ ਆਪਣੇ ਆਉਣ ਵਾਲੇ ਪੰਜਾਬ ਦੇ ਲਈ ਕਿਉਂਕਿ ਮਿਊਜ਼ਿਕ ਦਾ ਸਟਰਕਚਰ ਵੀ ਚੇਂਜ ਹੋਊਗਾ ਲੋਕਾਂ ਦੀ ਸੋਚ ਚੇਂਜ ਹੋਊਗੀ ਸੁਣਨ ਦਾ ਨਜ਼ਰੀਆ ਚੇਂਜ ਹੋਊਗਾ ਟੇਸਟ ਚੇਂਜ ਹੋਊਗਾ ਸੋ ਬੜੀ ਚੰਗੀ ਗੱਲ ਹੈ ਇਹ ਅਤੇ ਮੈਂ ਤਾਂ ਹਮੇਸ਼ਾ ਹੀ ਇਹ ਲੜਾਈ ਲੜਦਾ ਹੀ ਆਇਆ ਕਿ ਚਾਹੇ ਆਪਣੇ ਗਾਣੇ ਹੱਕ ਦੀ ਕਮਾਈ ਚਾਹੇ ਨਸ਼ੇ ਗਾਣੇ ਕੀਤੇ ਚਾਹੇ ਵਾਹ ਰੰਗੀਆਂ ਤੇਰੇ ਰੰਗ ਗਾਲਾਂ ਵੀ ਖਾਧੀਆਂ ਲੋਕਾਂ ਤੋਂ ਬਥੇਰੀਆਂ ਪਰ ਫਿਰ ਵੀ ਮੈਂ ਲੱਗਿਆ ਹੋਇਆ ਅਤੇ ਅੱਜ ਮੈਨੂੰ ਇਹ ਥੋੜ੍ਹਾ ਜਿਹਾ ਸਕੂਨ ਜ਼ਰੂਰ ਮਿਲਿਆ ਕਿ ਇੱਥੇ ਮਿਊਜ਼ਿਕ ਜਿਹੜਾ ਚੱਲ ਰਿਹਾ ਉਹ ਆਪਣੀ ਧਰਤੀ ਦੇ ਨਾਲ ਜੁੜਿਆ ਹੋਇਆ ਮਿਊਜ਼ਿਕ ਚੱਲ ਰਿਹਾ ਭਾਅ ਜੀ ਹੁਣ ਵੀ ਮੈਂ ਸਟੇਜ ਤੋਂ ਦੇਖਦੇ ਸੀ ਕਈ ਲੋਕ ਆ ਕੇ ਕਹਿ ਵੀ ਰਹੇ ਨੇ ਐਕਟੀਵਿਸਟ ਵੀ ਕਹਿੰਦੇ ਪਏ ਨੇ ਸਟੇਜ ਤੋਂ ਵੀ ਇੱਕ ਗੱਲ ਉੱਠਦੀ ਹੈ ਕਿ ਹੁਣ ਜੋ ਲੋਕ ਜਾਣਗੇ ਨਾ ਗੀਤਕਾਰ ਨੂੰ ਉਹੀ ਗਾਣਾ ਪੈਣਾ ਉਹ ਲੇਖਾਂ ਨੂੰ ਚੀਜ਼ ਲਿਖਣੀ ਪੈਣੀ ਹੈ ਇਹ ਕਵਨ ਗਦੇ ਵਾਲੇ ਸਾਹਿਬ ਹੀ ਕਹਿ ਚੁੱਕੇ ਨੇ ਬਿਲਕੁਲ ਸਹੀ ਹੈ ਕਿਉਂਕਿ ਦੇਖੋ ਚਾਹੁੰਦੇ ਤਾਂ ਪਹਿਲਾਂ ਵੀ ਲੋਕ ਆ ਮੈਂ ਪਹਿਲਾਂ ਗੱਲ ਕੀਤਾ ਕਿ ਦੇਖੋ ਵਿਆਹ ਦੇ ਵਿੱਚ ਤੁਸੀਂ ਇਦਾਂ ਦਾ ਸੰਗੀਤ ਨਹੀਂ ਕਰ ਸਕਦੇ ਜਿਹੜਾ ਅਸੀਂ ਹੁਣ ਸੁਣ ਰਹੇ ਹਾਂ ਸੋ ਆਮ ਸੰਗੀਤ ਦੇ ਵੱਖਰੇ ਵੱਖਰੇ ਰੰਗ ਨੇ ਸੋ ਹਰ ਰੰਗ ਚੱਲਣਾ ਚਾਹੀਦਾ ਇਹ ਰੰਗ ਕਿਤੇ ਨਾ ਕਿਤੇ ਅਲੋਪ ਹੋ ਗਿਆ ਸੀ ਜਿਹੜਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਸੀਗਾ ਇੱਕ ਅਲੱਗ ਤਰ੍ਹਾਂ ਦੀ ਪਰਸੈਪਸ਼ਨ ਬਣਾ ਰਹੇ ਸੀਗੇ ਪੰਜਾਬੀ ਕਲਾਕਾਰ ਪਿਛਲੇ ਕੁਝ ਟਾਈਮ ਦੇ ਵਿੱਚ ਜਿਹੜੇ ਇਲਜ਼ਾਮ ਲੱਗਦੇ ਰਹੇ ਨੇ ਕਿ ਵੀ ਮਤਲਬ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਬ੍ਰਾਂਡਡ ਕੱਪੜੇ ਠੀਕ ਹੈ ਇੱਕ ਤਬਕਾ ਪਾਉਂਦਾ ਆ ਉਹ ਵੀ ਪਾਉਂਦਾ ਆ ਸਾਰੀਆਂ ਚੀਜ਼ਾਂ ਕਰਦਾ ਪਰ ਆਪਾਂ ਨੂੰ ਸਾਰਿਆਂ ਦੀ ਗੱਲ ਕਰਨੀ ਆ ਕਲਮ ਤਾਂ ਇਹੀ ਹੈ ਕਿ ਲੋਕਾਂ ਦੀ ਗੱਲ ਲੋਕ ਗੀਤ ਕੀ ਹੈ ਲੋਕ ਗੀਤ ਇਹੀ ਹੈ ਜਾਂ ਲੋਕ ਕਲਾਕਾਰ ਕੀ ਹੈ ਕਿ ਲੋਕਾਂ ਦਾ ਕਲਾਕਾਰ ਜੋ ਲੋਕਾਂ ਦੀ ਗੱਲ ਕਰੇ ਤਾਂ ਸਾਰੇ ਸਾਂਝੀ ਗੱਲ ਜਿਹੜੀ ਆ ਬਹੁਤ ਜ਼ਰੂਰੀ ਆ ਸੋ ਠੀਕ ਹੈ ਕਮਰਸ਼ੀਅਲ ਪੱਖ ਵੀ ਨਾਲ ਚੱਲੂਗਾ ਪਰ ਮੈਨੂੰ ਲੱਗਦਾ ਕਿ ਹੁਣ ਜਿਹੜੇ ਇਹੋ ਜਿਹੇ ਗਾਣੇ ਘੱਟ ਚੱਲਦੇ ਸੀ ਜਾਂ ਲੋਕੀ ਘੱਟ ਸੁਣਦੇ ਸੀ ਉਹ ਆਉਣ ਵਾਲੇ ਟਾਈਮ 'ਚ ਜ਼ਿਆਦਾ ਸੁਣਨਗੇ ਮੈਂ ਇੱਥੇ ਕਈ ਕਲਾਕਾਰ ਆਏ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਸੋਸ਼ਲ ਮੀਡੀਆ ਦੇਖ ਲਈ ਉੱਥੇ ਵੀ ਐਕਟਿਵ ਨੇ ਪਹਿਲਾਂ ਹੁੰਦਾ ਸੀ ਜੋ ਧਰਨੇ ਦੇ ਪਹਿਲਾਂ ਦੀ ਗੱਲ ਕਰੀਏ ਤੁਹਾਨੂੰ ਹੀ ਪਤਾ ਵੀ ਕਲਾਕਾਰ ਜਿਹੜੇ ਕਿ ਬੰਦੂਕਾਂ ਦੇ ਉੱਤੇ ਹਥਿਆਰਾਂ ਦੇ ਉੱਤੇ ਠੋਕਤਾ ਫੜ ਕੇ ਇਹ ਬੜਾ ਕੁਝ ਗਾਉਂਦੇ ਨੇ ਹਰ ਕਲਾਕਾਰ ਦੇ ਹੱਥ ਵਿੱਚ ਕਿਸਾਨੀ ਦਾ ਚੰਡਾ ਆ ਗਿਆ ਹੁਣ ਚੰਗੀ ਗੱਲ ਹੈ ਨਾ ਜੀ ਦੇਖੋ ਮੈਂ ਇਹੀ ਬਾਰ ਬਾਰ ਕਹਿ ਰਿਹਾ ਕਿ ਇੱਕ ਰੈਵੋਲੂਸ਼ਨ ਆ ਔਰ ਅਸੀਂ ਇੱਕ ਝੰਡੇ ਦੇ ਥੱਲੇ ਸਾਰੇ ਲੋਕ ਕੰਮ ਕਰ ਰਹੇ ਹਾਂ ਕੋਈ ਵੀ ਵਰਗ ਆ ਚਾਹੇ ਉਹ ਵਕੀਲ ਨੇ ਚਾਹੇ ਉਹ ਕਲਾਕਾਰ ਨੇ ਚਾਹੇ ਉਹ ਟੀਚਰ ਤਬਕਾ ਹੈਗਾ ਕੋਈ ਵੀ ਤਬਕਾ ਆ ਉਹ ਸਾਰੇ ਇੱਕ ਝੰਡੇ ਦੇ ਥੱਲੇ ਅੱਜ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਆ ਇਹ ਔਰ ਅਸੀਂ ਇੱਕੋ ਹੀ ਰੁੱਖ ਆ ਕਿਸਾਨ ਇੱਕ ਰੁੱਖ ਆ ਅਸੀਂ ਉਹਦੀਆਂ ਟਾਹਣੀਆਂ ਆ ਸੋ ਅਸੀਂ ਉਸ ਤੋਂ ਅੱਡ ਤਾਂ ਹੈ ਹੀ ਨਹੀਂ ਆ
ਸੋ ਜਦੋਂ ਹਵਾ ਆਏਗੀ ਉਦੋਂ ਸਾਰਿਆਂ ਨੂੰ ਹਿੱਲਣਾ ਪਊਗਾ, ਠੀਕ ਹੈ। ਜਦੋਂ ਧੁੱਪ ਆਊਗੀ ਤਾਂ ਸਾਰਿਆਂ ਨੂੰ ਸਿੱਕਣੀ ਪਊਗੀ, ਅਤੇ ਹੁਣ ਧੁੱਪ ਦਾ ਟਾਈਮ ਆ ਗਿਆ। ਸੋ ਇਸ ਕਰਕੇ ਇਹ ਲੜਾਈ ਜਿਹੜੀ ਸੀਗੀ, ਇਹ ਲੜਾਈ ਸਾਡੀ ਸਾਰਿਆਂ ਦੀ ਹੁਣ ਲੜਾਈ ਸਾਂਝੀ ਬਣ ਗਈ ਹੈ। ਸੋ ਇਹ ਕੋਈ ਅਹਿਸਾਨ ਨਹੀਂ ਹੈ ਕਿਸੇ ਦੇ ਸਿਰ 'ਤੇ, ਸਾਡਾ ਫਰਜ਼ ਬਣਦਾ ਔਰ ਅਸੀਂ ਇਹਨੂੰ ਲੜਨੀ ਆ। ਹਾਂਜੀ, ਇੱਕ ਹੋਰ ਵੀ ਗੱਲ ਤੁਹਾਨੂੰ ਮੈਂ ਦੱਸਦਾ ਕਿ ਇੱਥੇ ਕਈ ਕਲਾਕਾਰ ਆਏ ਨੇ, ਕਈਆਂ ਨਾਲ ਹੈਗੀ ਸੀ ਲਾਗਬਾਜ਼ੀ ਹੁੰਦੀ ਹੈ, ਪਤਾ ਹੀ ਆਪਾਂ ਨੂੰ ਜਦੋਂ ਇੱਕ ਲਾਈਨ ਵਿੱਚ ਬੰਦੇ ਹੁਣ ਹੁੰਦੀ ਹੈ ਉਹ ਕਹਿੰਦੇ ਸਾਡੇ ਗਿਲੇ ਸ਼ਿਕਵੇ ਖਤਮ ਹੋ ਗਏ ਨੇ। ਇਸ ਕਿਸਾਨੀ ਧਰਨੇ ਨੇ ਬੜੇ ਗਿਲੇ ਸ਼ਿਕਵੇ ਖਤਮ ਕੀਤੇ ਨੇ, ਆਮ ਲੋਕਾਂ ਦੇ ਵੀ, ਪਿੰਡਾਂ ਨਾਲ ਪਿੰਡਾਂ ਦੇ ਵੀ ਗਿਲੇ ਸ਼ਿਕਵੇ ਖਤਮ ਕੀਤੇ ਨੇ, ਕਲਾਕਾਰਾਂ ਨੇ ਕਲਾਕਾਰਾਂ ਨੂੰ ਵੀ ਗਿਲੇ ਸ਼ਿਕਵੇ ਖਤਮ ਕਰਤੇ। ਦੇਖੋ, ਕਲਾਕਾਰਾਂ ਦੀ ਆਪਸੀ ਜਿਹੜੀ ਮਾੜੀ ਮੋਟੀ ਬਹਿਸ ਬਹੁਸ ਆ ਉਹ ਕੋਈ ਮਾਇਨੇ ਨਹੀਂ ਰੱਖਦਾ, ਔਰ ਨਾ ਉਹਦਾ ਕੋਈ ਨੁਕਸਾਨ ਆ ਅਤੇ ਨਾ ਕੋਈ ਫਾਇਦਾ। ਪਰ ਜਿਹੜੇ ਅਸੀਂ ਧਰਮਾਂ ਦੇ ਵਿੱਚ ਵੰਡੇ ਹੋਏ ਸੀਗੇ ਜਾਂ ਪਿੰਡਾਂ 'ਚ ਪਾਰਟੀਆਂ 'ਚ ਵੰਡੇ ਹੋਏ ਸੀ ਅਸੀਂ, ਉਹ ਜੇ ਇੱਕ ਹੋ ਜਾਂਦੇ ਹਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਇਸ ਸੰਘਰਸ਼ ਦੇ ਥਰੂ, ਅਤੇ ਇਹ ਸੰਘਰਸ਼ ਜਿਹੜਾ ਉਹ ਇਤਿਹਾਸ ਬਣ ਜੂਗਾ। ਜਿਵੇਂ ਪਹਿਲਾਂ ਇਤਿਹਾਸ ਦੇ ਵਿੱਚ ਪੰਨਿਆਂ ਦੇ ਉੱਤੇ ਨਾਮ ਦਰਜ ਰਿਹਾ ਹਰੇਕ ਵਾਕਿਆ ਦਾ, ਉਹ ਇਹ ਜਿਹੜਾ ਅੱਜ ਅੰਦੋਲਨ ਚੱਲ ਰਿਹਾ ਇਸ ਅੰਦੋਲਨ ਦਾ ਉਹ ਇਤਿਹਾਸ ਦੇ ਪੰਨਿਆਂ 'ਤੇ ਮੋਟੇ ਅੱਖਰਾਂ ਦੇ ਵਿੱਚ ਨਾਮ ਲਿਖਿਆ ਜਾਊਗਾ। ਜਿੱਥੇ ਧਰਮ ਤੋਂ ਉੱਠ ਕੇ ਲੋਕਾਂ ਨੇ ਕੰਮ ਕਰਿਆ, ਜਿੱਥੇ ਆਪਣੇ ਅਹਿਮ ਤੋਂ ਉੱਠ ਕੇ ਕੰਮ ਕਰਿਆ, ਜਿੱਥੇ ਆਪਣੇ ਰੁਤਬੇ ਤੋਂ ਉੱਠ ਕੇ ਕੰਮ ਕਰਿਆ। ਸੋ ਇਹ ਮੈਂ ਵਾਰ ਵਾਰ ਇਹੀ ਕਹਿ ਰਿਹਾ ਕਿ ਇੱਕ ਚੰਗਾ ਸੁਨੇਹਾ ਆ, ਔਰ ਸਾਨੂੰ ਸਾਰਿਆਂ ਨੂੰ ਇੱਕ ਛੱਤ ਦੇ ਥੱਲੇ ਹੀ ਕੰਮ ਕਰਨਾ ਚਾਹੀਦਾ, ਔਰ ਉਹਦੇ ਵਿੱਚ ਹੀ ਸਾਰੇ ਗਰੋਥ ਆ ਪੂਰੇ ਦੇ ਪੂਰੇ ਸਮਾਜ ਦੀ, ਪੂਰੇ ਦੇ ਪੂਰੇ ਕਮਿਊਨਿਟੀ ਦੀ। ਲੱਗਦਾ ਕਿ ਹੁਣ ਜਿਵੇਂ ਜ਼ਿਕਰ ਹੁੰਦਾ ਪਿਆ ਕਿ ਪਿੰਡ ਵਿੱਚ ਸਰਪੰਚ ਜਿਹੜਾ ਸਭ ਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ, ਹੁਣ ਗੱਲਾਂ ਹੋਣ ਲੱਗ ਪਈਆਂ ਵੀ ਜੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਕਹਿੰਦੇ ਮਸਲੇ ਛੱਡੋ ਆਪਣੇ, ਇੱਕ ਦੂਜੇ ਪਰਚੇ ਪਾਉਣੇ ਛੱਡੋ, ਪਿੰਡ ਤੋਂ ਪਹਿਲਾਂ ਪੰਜਾਬ ਦੇ ਬਾਰੇ ਸੋਚੋ, ਪੰਜਾਬ ਬਾਰੇ ਸੋਚੋਗੇ ਪਿੰਡ ਆਪਣੇ ਆਪ ਹੀ ਜਿਹੜਾ ਹੈਗਾ ਸਹੀ ਹੋ ਜਾਣਗੇ। ਲੱਗਦਾ ਕੜੱਤਣ ਜੀ ਜਿਹੜੀ ਹੈਗੀ ਸੀ ਲੋਕਾਂ ਦੇ ਵਿੱਚ ਕੱਢ ਦਿੱਤੀ ਹੈ, ਬੜੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਆਪ ਹੀ ਕਹਿੰਦੇ ਨੇ ਵੀ ਉਹ ਸੋਚਣਾ ਪੈਣਾ ਪਿੰਡ ਬਾਰੇ। ਜਿਹੜੀ ਇੱਥੇ ਸ਼ਬਦਾਂ ਦੇ ਵਿੱਚ ਗੱਲ ਹੋ ਰਹੀ ਹੈ, ਜੇ ਉਹ ਸੋਚ ਬਣ ਜਾਵੇ ਫਿਰ ਤਾਂ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਆ। ਪਰ ਇਹ ਹੋਣਾ ਥੋੜ੍ਹਾ ਜਿਹਾ ਹੈ ਤਾਂ ਇੰਪੋਸੀਬਲ ਵਰਗਾ, ਪਰ ਜੇ ਹੋ ਜਾਵੇ ਫਿਰ ਤਾਂ ਮੈਂ ਕਹਿੰਦਾ ਵੀ ਮੈਂ ਕਿਸੇ ਹੋਰ ਹੀ ਦੁਨੀਆ 'ਚ। ਕਲਾਕਾਰ ਦੀ ਫਰਜ਼ ਮੰਨਦਾ ਹੁਣ ਗਾਣ ਵੀ ਤੁਸੀਂ ਉਹੀ ਲੈ ਕੇ ਪਿੰਡਾਂ 'ਚ ਸਾਂਝ ਆ। ਹਾਂ, ਦੇਖੋ ਐਂ ਆ ਨਾ ਵੀ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਅਸੀਂ ਪਿੰਡਾਂ 'ਚ ਵੀ ਜਾਂਦੇ ਹਾਂ, ਅਸੀਂ ਮੇਰੇ ਫਾਦਰ ਸਾਹਿਬ ਵੀ ਪਿੰਡ ਦੇ ਸਰਪੰਚ ਨੇ, ਅਸੀਂ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਸਰਵਸੰਮਤੀ ਦੇ ਨਾਲ ਬਣੇ, ਉਹ ਪਿੰਡ ਦਾ ਵਿਕਾਸ ਹੋਵੇ, ਪਿੰਡ ਦੇ ਕਿਸੇ ਕੰਮ 'ਚ ਅੜਚਲ ਨਾ ਪਵੇ। ਪਰ ਉਹ ਸਾਰੀਆਂ ਕਿਤੇ ਨਾ ਕਿਤੇ ਚੀਜ਼ਾਂ ਸਾਡੇ ਸੁਭਾਅ 'ਚ ਹੈਗੀਆਂ ਨੇ, ਉਹ ਕੱਢਣੀਆਂ ਪੈਣੀਆਂ। ਹੁਣ ਟਾਈਮ ਤਾਂ ਲੱਗ ਸਕਦਾ, ਹੁਣ ਇਹ ਜਿਹੜਾ ਸੰਘਰਸ਼ ਆ ਇਹ ਸੰਘਰਸ਼ ਇਕੱਲੀ ਕਿਸਾਨੀ ਦਾ ਨਹੀਂ ਆ, ਇਹਨਾਂ ਚੀਜ਼ਾਂ ਦਾ ਵੀ ਸੰਘਰਸ਼ ਆ ਕਿ ਜੁੜ ਕੇ ਕੰਮ ਕਰੋ, ਮਿਲ ਕੇ ਕੰਮ ਕਰੋ, ਨਫ਼ਰਤਾਂ ਜਿਹੜੀਆਂ ਨੇ ਉਹ ਹਟਾ ਦਿਓ ਅਤੇ ਪਿਆਰ ਮੁਹੱਬਤ ਨਾਲ ਰਹੋ। ਸੋ ਇਹ ਸਾਰੀਆਂ ਚੀਜ਼ਾਂ ਬੰਦੇ ਦੇ ਅੰਦਰ ਨੇ, ਉਹ ਕੱਢਣੀਆਂ ਪੈਣੀਆਂ ਬਾਹਰ। ਉਹ ਟਾਈਮ ਲੱਗਣ, ਜਾਂ ਤਾਂ ਟਾਈਮ ਲੱਗੂਗਾ ਉਹਨਾਂ ਨੂੰ, ਜਾਂ ਫਿਰ ਕੋਈ ਸਾਨੂੰ ਇੱਦਾਂ ਦਾ ਜਿੱਦਾਂ ਦਾ ਇਹ ਸੁਨੇਹਾ ਦੇ ਰਹੇ ਹਾਂ ਆਪਾਂ ਇੱਥੇ। ਸੋ ਇਹ ਚੀਜ਼ਾਂ ਕੱਲ੍ਹ ਇੱਥੇ ਨਾ ਖਤਮ ਹੋ ਜਾਵੇ ਚੀਜ਼, ਇਹ ਫਿਰ ਪੰਜਾਬ 'ਚ ਲੰਮੇ ਸਮੇਂ ਤੱਕ ਚੱਲੇ ਵੀ। ਲੋਕ ਅਸੀਂ ਨੂੰ ਜੇ ਲੈ ਕੇ ਜਾਣ ਸੰਦੇਸ਼, ਇੱਕਜੁੱਟਤਾ ਦਾ ਸੰਦੇਸ਼ ਲੈ ਕੇ ਜਾਣ ਵੀ ਇੱਦਾਂ ਨਾ ਜਾਣ ਇੱਥੋਂ। ਹਾਂ, ਬਿਲਕੁਲ ਸਹੀ। ਤੁਸੀਂ ਹੁਣੇ ਦੇਖ ਦੋ ਸੱਤਾਂ ਗਾ ਦੇ ਸੀ, ਲਾਈਨਾਂ ਹੁਣੇ ਗਾ ਦੇ ਸੀ, ਬੜੀ ਵਧੀਆ ਸੀ, ਮੈਂ ਸੁਣ ਰਿਹਾ ਸੀ, ਜੇ ਸੋਤੇ ਨੂੰ ਸੁਣਾ ਦਿਉ ਤਾਂ। ਹਾਂਜੀ, ਮੈਂ ਲਿਖੀਆਂ ਸੀਗੀਆਂ ਆਪਣੇ ਸਪੋਰਟ ਦੇ ਵਿੱਚ। ਨੀ ਤੂੰ ਜਦੋਂ ਜਦੋਂ ਦਿੱਲੀ ਏ ਜਵਾਨ ਹੋਏਗੀ, ਸੇਰੇ ਲਾ ਕੇ ਤੈਨੂੰ ਵਿਆਹਣ ਲਈ ਪੰਜਾਬ ਆਊਗਾ। ਅੜੇਂਗੀ ਤਾਂ ਝੜੇਂਗੀ ਇਹ ਪੱਕੀ ਗੱਲ ਆ, ਅੜੇਂਗੀ ਤਾਂ ਝੜੇਂਗੀ ਇਹ ਪੱਕੀ ਗੱਲ ਆ, ਗਲੇ ਲਾਵੇਂਗੀ ਤਾਂ ਲੈ ਕੇ ਗੁਲਾਬ ਆਊਗਾ। ਜਦੋਂ ਜਦੋਂ ਦਿੱਲੀ ਏ ਜਵਾਨ ਹੋਏਗੀ, ਸੇਰੇ ਲਾ ਕੇ ਤੈਨੂੰ ਵਿਆਹਣ ਲਈ ਪੰਜਾਬ ਆਊਗਾ। ਸੋ ਸਾਡੇ ਜਿਹੜੇ ਯੋਧੇ ਨੇ, ਪੰਜਾਬੀ ਯੋਧੇ, ਸਾਡੇ ਗੁਰੂਆਂ ਪੀਰਾਂ ਨੇ ਬਹੁਤ ਵਾਰੀ ਦਿੱਲੀ ਨੂੰ ਜਿੱਤਿਆ। ਸੋ ਇੱਥੇ ਪੰਜਾਬੀ ਜਿਹੜੀ ਦਿੱਲੀ ਦਾ ਮਤਲਬ ਦਿੱਲੀ ਦੇ ਲੋਕ ਨਹੀਂ, ਦਿੱਲੀ ਦਾ ਤਖਤ ਆ। ਅੱਛਾ, ਮੈਂ ਭਾਈ ਇੱਕ ਸਵਾਲ ਹੈ, ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੇ ਨੌਜਵਾਨ ਇੱਕ ਟੈਗ ਲਾਤਾ ਸੀ ਸਰਕਾਰਾਂ ਨੇ ਵੀ ਨਸ਼ੇੜੀ ਨੇ, ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਨੌਜਵਾਨਾਂ ਨੇ ਦਿਖਾ ਤਾ, ਸੇਵਾ ਵੀ ਕਰਦੇ ਨੇ, ਸਭ ਕੁਛ ਇੱਥੇ ਹੋ ਰਿਹਾ, ਬਿਲਕੁਲ ਆਰਾਮ ਦੇ ਨਾਲ ਕਰਦੇ ਨੇ, ਆਪਣਾ ਕਿਰਦਾਰ ਵੀ ਸਹੀ ਰੱਖਦੇ ਨੇ, ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਨੌਜਵਾਨ ਜਿਹੜਾ ਆ ਨਾ ਸਾਡੇ ਪੰਜਾਬ ਦਾ ਨੌਜਵਾਨ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਾਡੇ ਨੌਜਵਾਨੀ ਦੇ ਵਿੱਚੋਂ ਸਰਦਾਰ ਭਗਤ ਸਿੰਘ ਨਿਕਲਿਆ, ਸਰਦਾਰ ਕਰਤਾਰ ਸਿੰਘ ਸਰਾਭਾ ਨਿਕਲਿਆ, ਸਰਦਾਰ ਊਧਮ ਸਿੰਘ ਜੀ ਨਿਕਲੇ। ਸੋ ਇਹ ਸਾਰੇ ਲੋਕ ਸਾਡੇ ਨੌਜਵਾਨ ਹੀ ਸੀਗੇ। ਕ੍ਰਿਤੀਆਂ ਹਰ ਸਮਾਜ 'ਚ ਨੇ, ਮਾੜਾ ਚੰਗਾ ਟਾਈਮ ਹਰ ਸਮਾਜ ਦੇ ਵਿੱਚ ਆ, ਪਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਇਸ ਵੇਲੇ ਜਿਹੜਾ ਸਬੂਤ ਦਿੱਤਾ ਆਪਣੀ ਸਿੰਸੀਅਰਿਟੀ ਦਾ, ਉਹਨੂੰ ਸਲਿਊਟ ਕਰਦਾ ਮੈਂ। ਔਰ ਠੀਕ ਹੈ, ਕੁਛ ਲੋਕ ਹੋਣਗੇ ਵਿੱਚ ਫੜ ਕੇ ਮੁੜ ਕੇ ਸ਼ਰਾਰਤ ਮਾਈਂਡਡ, ਪਰ ਉਹ ਵੀ ਹੁਣ ਇਹ ਫਲੋ ਦੇ ਵਿੱਚ ਸੁਧਰ ਜਾਣਗੇ। ਹੁਣ ਸਾਰੇ ਆਸ ਪਾਸ ਦੇ ਲੋਕ ਕਹਿਣ ਲੱਗ ਪਏ ਨੇ, ਗੱਲਾਂ ਹੁੰਦੀਆਂ ਨੇ, ਕਹਿੰਦਾ ਜਿੰਨੇ ਨੌਜਵਾਨ ਲੱਗੇ ਹੋਏ ਨਾ ਸੇਵਾ ਕਰਨ ਵਾਸਤੇ, ਕਦੇ ਦੇਖਿਆ ਨਹੀਂ ਸੀ ਇਹਨਾਂ ਆਸ ਪਾਸ ਦੇ ਲੋਕ ਕਹਿੰਦੇ। ਬਿਲਕੁਲ ਸਹੀ, ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਹ ਇਹਨਾਂ ਦਾ ਐਪਰੀਸ਼ੀਏਟ ਕਰਨਾ ਬਣਦਾ ਨੌਜਵਾਨਾਂ ਨੂੰ, ਕਿ ਪਿਛਲੇ ਟਾਈਮ ਦੇ ਵਿੱਚ ਜਿਹੜੀ ਬਦਨਾਮੀ ਸਾਨੂੰ ਮਿਲਦੀ ਸੀਗੀ, ਨਸ਼ੇੜੀ ਨੇ ਇਹ ਗਾਣੇ ਸੁਣ ਕੇ ਲੜ ਪੈਂਦੇ ਆ, ਇਹ ਕਲਾਕਾਰਾਂ ਲਈ ਲੜਦੇ ਨੇ। ਸੋ ਅੱਜ ਇੱਕ ਅੰਦੋਲਨ ਦੇ ਵਿੱਚ ਪੰਜਾਬ ਲਈ ਲੜ ਰਹੇ ਨੇ, ਅੱਜ ਪੰਜਾਬ ਲਈ ਲੜ ਰਹੇ ਨੇ, ਵੱਡੀ ਗੱਲ ਆ। ਜੇ ਤੁਸੀਂ ਸੁਣੀਏ ਕਿ ਸਾਡੇ ਨਾਲ ਮੌਜੂਦ ਸਨ ਪ੍ਰੀਤ ਹਰਪਾਲ, ਜਿਨ੍ਹਾਂ ਨੇ ਸਾਫ਼ ਕਿਹਾ ਕਿ
ਸਭ ਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ। ਹੁਣ ਜੇ ਇਸ ਤਰੀਕੇ ਨਾਲ ਇੱਥੋਂ ਜਿੱਤ ਕੇ ਜਾਣਗੇ ਤਾਂ ਪੰਜਾਬੀ ਜਿਹੜੇ ਗਾਇਕ ਨੇ ਉਹਨਾਂ ਨੂੰ ਵੀ ਗਾਣੇ ਗਾਣੇ ਚਾਹੀਦੇ ਨੇ ਇਕਜੁੱਟਤਾ ਵਾਲੇ, ਇਕਜੁੱਟ ਰਹਿ ਕੇ ਰਹੀਏ ਤਾਂ ਹੀ ਇਸ ਵਿੱਚ ਸਭ ਦਾ ਭਲਾ ਹੈ, ਪੰਜਾਬ ਦਾ ਹੀ ਭਲਾ ਹੈ। ਪਿੰਡਾਂ ਤੋਂ ਸ਼ੁਰੂਆਤ ਜੇ ਹੋ ਜਾਵੇ ਤਾਂ ਸਭ ਨਾਲ ਵੱਡੀ ਗੱਲ ਹੈ, ਸ਼ਹਿਰਾਂ 'ਚ ਵੀ ਸ਼ੁਰੂਆਤ ਜਿਹੜੀ ਹੋਵੇਗੀ ਤਾਂ ਦਿਲ ਨੂੰ ਸਾਰਿਆਂ ਨੂੰ ਸਕੂਨ ਮਿਲੇਗਾ, ਕਿਉਂਕਿ ਸਾਰੇ ਹੀ ਇੱਥੇ ਆ ਕੇ ਇੱਕੋ ਹੀ ਗੱਲ ਕਰਦੇ ਨੇ ਕਿ ਸ਼ੁਰੂਆਤ ਜਿਹੜੀ ਹੋਣੀ ਚਾਹੀਦੀ ਇੱਕ ਵਧੀਆ ਤਰੀਕੇ ਨਾਲ ਸ਼ੁਰੂਆਤ ਹੋਣੀ ਚਾਹੀਦੀ, ਪੰਜਾਬ ਦੀ ਸੋਨੇ ਦੀ ਚਿੜੀ ਜਿਹੜਾ ਪੰਜਾਬ ਬਣਨਾ ਚਾਹੀਦਾ।